ਰਜਿੰਦਰ ਕੌਰ ਤੇਜੀ ਤਹਿਲਕਾ ਪੰਜਾਬ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਇੱਕ ਪਾਸੇ ਕਰੋਨਾ ਦੀ ਮਾਰ, ਦੂਜੇ ਪਾਸੇ ਗੁਆਂਢੀ ਦੇਸ਼ਾਂ ਵੱਲੋਂ ਕੀਤੀ ਜਾ ਰਹੀ ਘੁਸਪੈਠ ਤੇ ਤੀਜਾ ਸਾਰੇ ਦੇਸ਼ ਨੂੰ ਕੋੜ ਵਾਂਗੂ ਖਾਣ ਵਾਲਾ ਨਸ਼ਾ। ਹਰ ਸਾਲ 26 ਜੂਨ ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ, ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ, ਆਓ ਮਿਲ ਕੇ ਅਭਿਆਨ ਚਲਾਈਏ, ਨਸ਼ਾ ਮੁਕਤ ਪੰਜਾਬ ਬਣਾਈਏ। ਇਸੇ ਮੱਦੇਨਜ਼ਰ ਅੱਜ ਫਗਵਾੜਾ ਦੇ ਨਗਰ ਨਿਗਮ ਦੇ ਦਫ਼ਤਰ ਵਿੱਚ MLA ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਪੰਦਰਵਾੜਾ ਪੁਲਿਸ ਸਬ ਡਿਵੀਜ਼ਨ ਫਗਵਾੜਾ ਵੱਲੋਂ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਹੁਲਾਰਿਆਂ ਨੇ ਨਸ਼ੇ ਦੇ ਵਿਰੁੱਧ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਦਾ ਕਹਿਣਾ ਸੀ ਕਿ ਆਓ ਸਾਰੇ ਰਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਵਿੱਚ ਹਿੱਸਾ ਲਈਏ ਤੇ ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਈਏ, ਕਿਉਂਕਿ ਨਸ਼ੇ ਦੀ ਮਾਰ ਦਾ ਐਸਾ ਵਾਰ ਉਜਾੜ ਦਿੰਦਾ ਪੂਰਾ ਪਰਿਵਾਰ। ਜਿਸ ਤਰ੍ਹਾਂ ਕਿ ਅੱਜ ਇੱਥੇ ਕਾਰਪੋਰੇਸ਼ਨ ਦੇ ਮੀਟਿੰਗ ਹਾਲ ਵਿੱਚ ਜਿਹੜਾ ਹੈਗਾ ਐਂਟੀ ਡਰੱਗਸ ਦਾ ਜਿਹੜਾ ਸੈਮੀਨਾਰ ਕਰਵਾਇਆ ਗਿਆ ਹੈਗਾ, ਔਰ ਇਹਦੇ ਵਾਸਤੇ ਮੈਂ SP ਸਾਹਿਬ ਨੂੰ, ਇਹਨਾਂ ਦੇ ਟੀਮ ਮੈਂਬਰਸ ਨੂੰ ਧੰਨਵਾਦ ਕਰਦਾ ਕਿ ਇਹਨਾਂ ਨੇ ਜਿੱਥੇ ਸਾਡੇ ਸਾਰੀਆਂ ਇੱਥੇ NGOs ਨੂੰ ਬੁਲਾਇਆ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਕਿ ਜੋ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਾਰੀ ਦੁਨੀਆ ਵਿੱਚ ਜਿਹੜੇ ਹੈਗੇ ਕਿ ਨਸ਼ੇ ਦੀ ਜਿਹੜੀ ਹੈਗੀ ਹੈ ਬਹੁਤ ਲੱਗ ਫੈਲ ਚੁੱਕੀ ਹੈਗੀ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਡੇ ਜੋ ਨੌਜਵਾਨ ਬੱਚੇ ਹੈਗੇ ਆ ਉਹਨਾਂ ਨੂੰ ਇਸ ਰਸਤੇ 'ਤੇ ਜਾਣ ਤੋਂ ਹਰ ਪ੍ਰਕਾਰ ਦੇ ਸਟੈਪ ਚੱਕ ਕੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਉਹ ਇਸ ਰਸਤੇ ਵਿੱਚ ਨਾ ਪੈਣ, ਕਿਉਂਕਿ ਆਪਾਂ ਜਾਣਦੇ ਹਾਂ ਕਿ ਇਸ ਬਿਮਾਰੀ ਕਾਰਨ ਜਾਂ ਇਸ ਰਸਤ ਕਾਰਨ ਜਿਹੜਾ ਹੈਗਾ ਘਰਾਂ ਦੇ ਘਰ ਜਿਹੜੇ ਉੱਜੜ ਗਏ ਹੈਗੇ ਨੇ। ਮੈਂ ਇਹਦੇ ਵਿੱਚ ਸਾਰੇ ਹੀ ਜਿੰਨੇ ਵੀ ਇੱਥੇ NGOs ਆਏ ਸੀਗੇ ਸਾਰਿਆਂ ਨੂੰ ਅਤੇ ਪੁਲਿਸ ਡਿਪਾਰਟਮੈਂਟ ਨੂੰ ਬੇਨਤੀ ਕੀਤੀ ਹੈਗੀ ਹੈ, ਇਹਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਲੈਵਲ 'ਤੇ ਕੋਈ ਵੀ ਇਸ ਤਰ੍ਹਾਂ ਦੇ ਨਸ਼ੇ ਦਾ ਕੰਮ ਕਰਦਾ ਹੈਗਾ ਜਾਂ ਲੋਕਾਂ ਨੂੰ ਇਸ ਦਲਦਲ ਵਿੱਚ ਧਕੇਲਦਾ ਹੈਗਾ, ਉਹਨਾਂ ਦੇ ਖਿਲਾਫ ਇੱਥੇ ਐਕਸ਼ਨ ਵੀ ਕੀਤਾ ਜਾਵੇ। ਉਸ ਦੇ ਨਾਲ ਹੀ ਜਿਹੜੇ ਬੱਚੇ ਸਾਡੇ ਇਸ ਲੱਤ ਵਿੱਚ ਪਾਏ ਚੁੱਕੇ ਹੈਗੇ ਨੇ ਉਹਨਾਂ ਨੂੰ ਵਾਪਸ ਮੀਨਸ ਕਿ ਲਿਆਉਣ ਵਾਸਤੇ ਬੇਸ਼ੱਕ ਵੀ ਕੋਈ ਪਿੰਡਾਂ ਵਿੱਚ ਸੈਮੀਨਾਰ ਜਾਂ ਪਿੰਡਾਂ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਜੋ ਨਸ਼ਿਆਂ ਵਾਲੀ ਬਿਮਾਰੀ ਹੈਗੀ ਹੈ ਇਸ ਤੋਂ ਅਸੀਂ ਵੱਧ ਬਚਾਅ ਕਰ ਸਕੀਏ, ਔਰ ਆਉਣ ਵਾਲੇ ਸਮੇਂ ਵਿੱਚ ਸਾਡੀ ਜੋ ਨੌਜਵਾਨ ਪੀੜ੍ਹੀ ਹੈਗੀ ਆ ਉਹਨੂੰ ਇਸ ਤੋਂ ਧੰਨਵਾਦ। ਅੱਜ ਫਗਵਾੜਾ ਨਿਵਾਸੀਆਂ ਦੇ ਨਾਲ ਮਾਨਯੋਗ MLA ਸਾਹਿਬ ਜੀ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਐਂਟੀ ਡਰੱਗ ਜੀਸ ਜਿਹੜਾ ਇੱਥੇ ਮਨਾਇਆ ਹੈ, ਔਰ ਇਹਦੇ ਵਾਸਤੇ ਅਸੀਂ ਲੋਕਾਂ ਕੋਲ ਸਹਿਯੋਗ ਮਿਲਿਆ ਔਰ ਲੋਕਾਂ ਨੇ ਸਾਨੂੰ ਜਿੰਨੇ ਵੀ ਇੱਥੇ ਅਸੀਂ ਮੁਕਤ ਪਰ ਬੰਦੇ ਜਾਂ MC ਇੱਥੇ ਬੁਲਾਏ ਸੀ ਇਹਨਾਂ ਨੇ ਸਾਰਿਆਂ ਨੇ ਸਾਨੂੰ ਪੂਰੇ ਸਹਿਯੋਗ ਦੇਣ ਦਾ ਵਚਨ ਕੀਤਾ ਹੈ, ਔਰ ਅਸੀਂ ਇਸ ਸਮਾਜ ਦੇ ਵਿੱਚੋਂ ਕਿ ਨਸ਼ਾ ਜਿਹੜਾ ਹੈ ਉਹਨੂੰ ਖਤਮ ਕਰਨ ਲਈ ਅੱਜ ਜਿਹੜਾ ਹੈ ਅੱਜ ਇੱਕ ਤਹੀਆ ਕੀਤਾ ਹੈ। ਫਗਵਾੜਾ ਤੋਂ ਜੱਸੀ ਸੈਣੀ ਦੀ ਰਿਪੋਰਟ।